ਗੁਰਦੁਆਰਾ ਜਾਮਨੀ ਸਾਹਿਬ 'ਚ ਜ਼ਖਮੀ ਸੇਵਾਦਾਰ ਦੀ ਮੌਤ। ਲੰਗਰ ਦੀ ਸੇਵਾ ਦੌਰਾਨ ਝੁਲਸ ਗਿਆ ਸੀ ਸੇਵਾਦਾਰ। ਲੁਧਿਆਣਾ ਦੇ DMC ਹਸਪਤਾਲ 'ਚ ਹੋਈ ਮੌਤ। ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ 'ਚ ਲੰਗਰ ਦੀ ਸੇਵਾ ਦੌਰਾਨ ਸਿਲੰਡਰ ਨੂੰ ਅੱਗ ਲੱਗਣ ਕਾਰਨ ਉਸ ਦੀ ਲਪੇਟ 'ਚ 5 ਸਕੂਲੀ ਬੱਚੇ ਅਤੇ 2 ਸੇਵਾਦਾਰ ਆ ਗਏ ਸਨ। ਬੱਚੇ ਇੰਨੀ ਬੁਰੀ ਤਰ੍ਹਾਂ ਝੁਲਸ ਗਏ ਸੀ ਕਿ ਉਹ 50 ਤੋਂ 70 ਫੀਸਦੀ ਤੱਕ ਸੜ ਗਏ ਸਨ ਅਤੇ ਇੱਕ ਸੇਵਾਦਾਰ ਦੀ ਹਾਲਤ ਕਾਫ਼ੀ ਨਾਜ਼ੁਕ ਸੀ ਅਤੇ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਸਨੂੰ ਲੁਧਿਆਣਾ ਦੇ DMC ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਅਤੇ ਅੱਜ ਖਬਰ ਸਾਹਮਣੇ ਆਈ ਹੈ ਕਿ ਉਸ ਸੇਵਾਦਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਬਾਬਾ ਜੀ ਕੀ ਨਾਂ ਜੀ, ਅੱਜ ਕੀ ਘਟਨਾ ਬੀਤੀ ਹੈ ਜੀ? ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ। ਮੇਰਾ ਭਤੀਜਾ ਜਿਹਦੇ ਨਾਲ ਉਹ ਘਟਨਾ ਬੀਤੀ ਆ। ਬੀਤੇ ਦਿਨਾਂ ਦੇ ਵਿੱਚ ਉਹ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਜੇ ਲੰਗਰ ਦੇ ਵਿੱਚ ਜਿਹੜੇ ਸਿਲੰਡਰਾਂ ਨਾਲ ਵਿਸਫੋਟ ਹੋਇਆ ਸੀਗਾ, ਉਹਦੇ ਵਿੱਚ ਉਹ ਸੀਰੀਅਸ ਸੀਗਾ। DMC ਦੇ ਵਿੱਚ ਐਡਮਿਟ ਸੀ, ICU ਦੇ ਵਿੱਚ। ਅੱਜ 6:30 ਵਜੇ ਅੱਜ ਉਹਦਾ ਦੇਹਾਂਤ ਹੋ ਗਿਆ। ਇਹਦੇ ਨਾਲ ਸਾਰਾ ਪਰਿਵਾਰ ਬਹੁਤ ਰੋਸ਼ ਦੇ ਵਿੱਚ ਹੈ। ਸਾਡੇ ਨਿੱਕੇ ਨਿੱਕੇ ਬੱਚੇ ਆ, ਉਹਦੇ ਇੱਕ ਕੁੜੀ ਅਤੇ ਇੱਕ ਮੁੰਡਾ, ਅਤੇ ਉਹ ਤਾਂ ਮਰਿਆ ਆ। ਭਰਾ ਪਹਿਲਾਂ ਮਰ ਗਿਆ ਸੀ, ਸਾਰਾ ਪਰਿਵਾਰ ਉਹਦੇ 'ਤੇ ਹੀ ਡਿਪੈਂਡ ਹੈਗਾ। ਸਾਡਾ ਬੱਚਾ ਮਰ ਗਿਆ, ਉਹ ਗੁਰਦੁਆਰੇ ਦੀ ਰੱਖਿਆ ਕਰਦਾ ਆਪਣੀ ਜਾਨ ਦੇ ਗਿਆ ਸੀ। ਅਸੀਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵੱਲੋਂ ਵੀ ਕਿਸ ਤਰ੍ਹਾਂ ਦੇ ਯਤਨ ਕੀਤੇ ਗਏ, ਜਿਹੜੇ ਲੋਕ ਜ਼ਖਮੀ ਹੋਏ ਸੀ, ਪੀੜਿਤ ਸੀਗੇ? ਗੁਰਦੁਆਰਾ ਸਾਹਿਬ ਬਹੁਤ ਸਹਿਯੋਗ ਦੇ ਰਹੇ, ਸ਼੍ਰੋਮਣੀ ਕਮੇਟੀ ਵੱਲੋਂ ਵੀ ਬਹੁਤ ਸਾਰਾ ਜੋ ਪੈਸਾ ਉਹ ਗੁਰਦੁਆਰਾ ਸਾਹਿਬ ਲੱਗ ਰਿਹਾ ਜੀ। ਵਧੀਆ ਰਿਸਪੋਂਸ ਮਿਲ ਰਿਹਾ, ਡਾਕਟਰ ਸਾਹਿਬ ਨੇ ਸਾਰਾ ਚੰਗਾ ਕਿਹਾ, ਵਧੀਆ ਸੁਧਾਰ ਹੋ ਰਿਹਾ ਪੇਸ਼ੈਂਟਾਂ ਦਾ। ਉਹ ਜੋ ਲੁਧਿਆਣੇ ਵਾਲਾ ਸਿੰਘ ਸੀ ਆਪਣਾ ਸੇਵਾਦਾਰ, ਇਹਦਾ ਵੀ ਵਧੀਆ ਸੁਧਾਰ ਹੈ। ਕੱਲ੍ਹ ਹੀ ਜਿਹੜੀ ਹਾਲਾਤ ਇਹਨਾਂ ਦੇ, ਕੱਲ੍ਹ ਹੀ ਵੇਖ ਲਿਆ, ਕੋਈ ਪ੍ਰੋਬਲਮ ਨਹੀਂ ਸੀ ਹੋਈ। ਪੈਸੇ ਵੱਲੋਂ ਕੋਈ ਨਾਂ ਨਹੀਂ ਸੀ, ਮੈਨੇਜਰ ਸਾਹਿਬ ਵੱਲੋਂ, ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਧਾਮੀ ਸਾਹਿਬ ਵੱਲੋਂ ਕੋਈ ਨਾਂ ਨਹੀਂ ਸੀ। ਜੋ ਵੀ ਖਰਚਾ ਹੋ ਰਿਹਾ ਸਾਰਾ ਧਾਮੀ ਸਾਹਿਬ ਤੋਂ। ਅਤੇ ਕੀ ਅੱਜ ਕੀ ਹੋਇਆ? ਅੱਜ ਸੁਬਹਾ 6:45 ਮੈਨੂੰ ਫੋਨ ਆਇਆ ਜੀ, ਆਪਣਾ ਪਿਆਰਾ ਵੀ ਸੇਵਾਦਾਰ ਲੱਗੀ, ਉਹਨਾਂ ਨੇ ਕਿਹਾ ਵੀ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਸੁਬਹਾ ਜੀ ਫਿਰੋਜ਼ਪੁਰ ਤੋਂ ਪੱਤਰਕਾਰ RL ਧਵਨ ਅਤੇ ਬੱਬੂ ਧਵਨ ਦੀ ਰਿਪੋਰਟ।